ਸਾਡੇ ਪ੍ਰਧਾਨ ਜੀ ਔਰ ਸਾਡੇ ਚੇਅਰਮੈਨ ਸਾਹਿਬ ਨੇ ਬਹੁਤ ਡਿਟੇਲ 'ਚ ਤੁਹਾਨੂੰ ਦੱਸਿਆ ਔਰ ਉਹਦੇ ਵਿੱਚ ਇਹੋ ਹੀ ਹੈ ਕਿ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ 100% ਇਗਨੋਰ ਕੀਤਾ ਜਾ ਰਿਹਾ। ਕੰਪਨੀਆਂ ਜਿਹੜੀਆਂ ਐਫੀਡੇਵਿਟ ਦਿੰਦੀਆਂ ਨੇ, ਸੇਲ ਅਫਸਰ ਐਫੀਡੇਵਿਟ ਦਿੰਦੇ ਨੇ ਵੀ ਅਸੀਂ ਆਹ ਜਿਹੜੀ ਹੈ ਕੋਈ ਵਾਇਲੇਸ਼ਨ ਨਹੀਂ ਕੀਤੀ ਹੈਗੀ, ਬਾਅਦ 'ਚ ਮੌਕੇ 'ਤੇ ਜਦੋਂ ਜਾ ਕੇ ਦੇਖੀਦਾ ਤਾਂ ਉਹ ਚੀਜ਼ ਦਾ ਕੁਛ ਹੋਰ ਹੀ ਨਿਕਲਦਾ ਹੈਗਾ। ਹੁੰਦਾ ਕੀ ਹੈ, ਜੋ ਸਾਡੇ NOC ਦਿੰਦੇ ਨੇ ਚਾਹੇ ਉਹ ਕਿਸੇ ਤਰੀਕੇ ਨਾਲ ਦਿੰਦੇ ਨੇ, ਅੱਗੋਂ ਪਿੱਛੋਂ ਸੜਕ ਹੁੰਦੀ ਹੈ 20 ਫੁੱਟ, ਉਹ ਆਪਣੇ ਪੈਟਰੋਲ ਪੰਪ ਕੋਲੋਂ 60 ਫੁੱਟ ਦਿਖਾ ਕੇ NOC ਲੈ ਲੈਂਦੇ ਨੇ। ਅਸੀਂ ਸਾਰੀ ਗੱਲ ਕਰਦੇ ਹਾਂ ਲੁਧਿਆਣੇ ਤਾਂ ਖਾਸ ਤੌਰ 'ਤੇ ਗੱਲ ਕਰਦੇ ਹਾਂ ਨਾ, ਲੁਧਿਆਣੇ ਵਿੱਚ ਐਂ ਨੰਬਰ ਤਾਂ ਪਤਾ ਨਹੀਂ ਕਿਉਂਕਿ ਜੋ ਕੰਪਨੀਜ਼ ਨੇ ਐਡਵਰਟਾਈਜ਼ਮੈਂਟ ਕਰਤਾ, ਹੁਣ ਗਿਆਸਪੁਰੇ ਕਰਤਾ, ਮੈਨੂੰ ਦੱਸਣ ਗਿਆਸਪੁਰੇ 60 ਫੁੱਟ ਕਿਹੜੀ ਹੈ, ਭਾਮੀਆਂ ਰੋਡ 'ਤੇ ਐਡਵਰਟਾਈਜ਼ਮੈਂਟ ਕਰਤਾ, ਦੱਸਣ ਉੱਥੇ 60 ਫੁੱਟ ਕਿਹੜੀ ਹੈ, ਰੈਵਨਿਊ ਰਿਕਾਰਡ ਦੇਖਣ। ਲੁਧਿਆਣੇ ਸ਼ਹਿਰ ਵਿੱਚ ਨਾਜਾਇਜ਼ ਤੌਰ 'ਤੇ ਲੱਗ ਰਹੇ ਪੈਟਰੋਲ ਪੰਪਾਂ ਨੂੰ ਲੈ ਕੇ ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕੁਝ ਪੈਟਰੋਲ ਪੰਪ ਇਲੀਗਲ ਤੌਰ 'ਤੇ ਲੱਗ ਰਹੇ ਨੇ, ਜਿਸ ਦੇ ਵਿੱਚ 60 ਫੁੱਟ ਦੀ ਰੋਡ ਦਾ ਤਾਂ ਜ਼ਿਕਰ ਕਰਦੇ ਨੇ ਅਤੇ ਮਨਜ਼ੂਰੀ ਲੈ ਲੈਂਦੇ ਨੇ ਕਿ ਸ਼ਹਿਰ ਦੇ ਕਈ ਅਜਿਹੇ ਇਲਾਕੇ ਨੇ ਜਿੱਥੇ 30 ਫੁੱਟ ਤੋਂ ਵੱਧ ਦੀਆਂ ਸੜਕਾਂ ਨਹੀਂ ਹਨ ਅਤੇ ਕੋਈ ਵੀ ਹਾਦਸਾ ਵਾਪਰ ਜਾਵੇ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੋਵੇਗਾ। ਇਸ ਸੰਬੰਧੀ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਮੰਗ ਕੀਤੀ ਗਈ ਹੈ ਕਿ ਅਜਿਹੇ ਇਲੀਗਲ ਤੌਰ 'ਤੇ ਲੱਗ ਰਹੇ ਪੈਟਰੋਲ ਪੰਪਾਂ 'ਤੇ ਰੋਕ ਲਗਾਈ ਜਾਵੇ। ਮੈਂ ਮੈਂਬਰ ਹਾਂ ਇਹਨਾਂ ਦਾ ਕਮੇਟੀ ਦਾ, ਸਾਡੇ ਪ੍ਰਧਾਨ ਜੀ ਔਰ ਸਾਡੇ ਚੇਅਰਮੈਨ ਸਾਹਿਬ ਨੇ ਬਹੁਤ ਡਿਟੇਲ 'ਚ ਤੁਹਾਨੂੰ ਦੱਸਿਆ ਔਰ ਉਹਦੇ ਵਿੱਚ ਇਹੋ ਹੀ ਹੈ ਕਿ ਜਿਹੜੀਆਂ ਸਰਕਾਰ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ 100% ਇਗਨੋਰ ਕੀਤਾ ਜਾ ਰਿਹਾ। ਉਹਦੇ ਵਿੱਚ ਜਿਹਨੇ ਪੰਪ ਲਾਉਣਾ ਉਹਦਾ ਇੰਟਰਸਟ ਹੁੰਦਾ, ਕੰਪਨੀ ਦਾ ਇੰਟਰਸਟ ਹੈ ਕਿ ਉਹਨੇ ਪੰਪ ਠੋਕਣਾ ਹੀ ਠੋਕਣਾ। ਕੰਪਨੀਆਂ ਤਾਂ ਇੱਥੋਂ ਤੱਕ ਤਿਆਰ ਹੈ, ਬੇਸ਼ੱਕ ਤੁਸੀਂ ਆਪਣੇ ਘਰ ਪੰਪ ਲਵਾ ਲਓ ਚਾਹੇ 20 ਫੁੱਟ ਦੀ ਗਲੀ ਹੈ। ਇਸ ਕਰਕੇ ਸਾਡਾ ਜਿੱਥੇ ਆਉਣ ਦਾ ਪਰਪਸ ਇਹੀ ਹੈ ਵੀ ਜੋ ਸਰਕਾਰ ਵੱਲੋਂ ਨਾਰਮਸ ਤੈਅ ਕੀਤੇ ਗਏ ਨੇ ਉਹਨਾਂ ਦੇ ਮੁਤਾਬਕ ਪੈਟਰੋਲ ਪੰਪ ਲੱਗਣ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਿਹੜੇ ਕੋਈ 20 ਫੁੱਟੀਆਂ 'ਤੇ, 30 ਫੁੱਟੀਆਂ 'ਤੇ, 40 ਫੁੱਟੀਆਂ 'ਤੇ ਪੈਟਰੋਲ ਪੰਪ ਲੱਗਦੇ ਨੇ, ਬਹੁਤ ਸਾਰੇ ਲੱਗੇ ਹੋਏ ਨੇ, ਜਿਨ੍ਹਾਂ ਪ੍ਰਤੀ ਸਾਡੀ ਐਸੋਸੀਏਸ਼ਨ ਨੇ ਕੋਰਟ ਵਿੱਚ ਵੀ ਕੇਸ ਪਾਇਆ ਹੋਇਆ। ਅਸੀਂ ਉਹ ਚਾਹੁੰਦੇ ਹਾਂ ਬਾਅਦ ਵਿੱਚ ਕੋਰਟ ਵਿੱਚ ਜਾਣ ਦੀ ਬਜਾਏ ਉਹ ਪਹਿਲਾਂ ਹੀ ਸਾਡੇ DC ਸਾਹਿਬ ਉਹਨਾਂ ਨੂੰ ਹੁਕਮ ਕਰਨ ਵੀ ਇਹੋ ਜਿਹੀਆਂ ਥਾਵਾਂ 'ਤੇ ਪੈਟਰੋਲ ਪੰਪ ਨਾ ਲੱਗਣ, ਨਾ ਖੱਜਲ ਖੁਆਰੀ ਹੋਵੇ, ਨਾ ਸਾਨੂੰ ਤਕਲੀਫ ਹੋਵੇ, ਨਾ ਪਬਲਿਕ ਨੂੰ ਤਕਲੀਫ ਹੋਵੇ, ਨਾ ਡੀਲਰ ਜੀ ਨੇ ਉੱਥੇ ਪੈਟਰੋਲ ਪੰਪ ਲਾਉਣਾ ਨਾ ਉਹਨੂੰ ਤਕਲੀਫ ਹੋਵੇ। ਖਤਰਾ ਹੋਊਗਾ ਅਗਰ ਛੋਟੀ ਜਗ੍ਹਾ ਤੇ ਲੱਗੂਗਾ? ਹਾਂਜੀ, ਖਤਰਾ ਹੈਗੇ ਜੀ। ਗਵਰਨਮੈਂਟ ਨੇ ਡਿਸਾਈਡ ਕੀਤਾ ਹੋਇਆ ਗਾਈਡਲਾਈਨਸ ਦੇ ਵਿੱਚ ਹੈ ਕਿ 60 ਫੁੱਟ ਤੋਂ ਘੱਟ ਕਿਸੇ ਰੋਡ 'ਤੇ ਪੈਟਰੋਲ ਪੰਪ ਨਹੀਂ ਲੱਗ ਸਕਦਾ। ਹੁੰਦਾ ਕੀ ਹੈ, ਜੋ ਸਾਡੇ NOC ਦਿੰਦੇ ਨੇ ਚਾਹੇ ਉਹ ਕਿਸੇ ਤਰੀਕੇ ਨਾਲ ਦਿੰਦੇ ਨੇ, ਅੱਗੋਂ ਪਿੱਛੋਂ ਸੜਕ ਹੁੰਦੀ ਹੈ 20 ਫੁੱਟ, ਉਹ ਆਪਣੇ ਪੈਟਰੋਲ ਪੰਪ ਕੋਲੋਂ 60 ਫੁੱਟ ਦਿਖਾ ਕੇ NOC ਲੈ ਲੈਂਦੇ ਨੇ। ਲੇਕਿਨ ਉਹ ਉਨੀ ਜਗ੍ਹਾ ਪੈਟਰੋਲ ਪੰਪ ਵਾਲੀ ਜਗ੍ਹਾ 'ਤੇ 60 ਫੁੱਟ ਥੋੜ੍ਹੀ ਚਾਹੀਦਾ, ਲੋ ਪੈਟਰੋਲ ਪੰਪ 'ਤੇ ਆਉਣ ਵਾਸਤੇ ਰਸਤਾ ਚਾਹੀਦਾ ਜਿਹੜਾ ਕਿ ਖੁੱਲ੍ਹਾ ਰਸਤਾ ਹੋਵੇ। ਕੱਲ੍ਹ ਨੂੰ ਕੋਈ ਇਹੋ ਜਿਹੀ ਗੱਲ ਹੁੰਦੀ ਹੈ, ਆਪਣਾ ਫਾਇਰ ਬ੍ਰਿਗੇਡ ਨੇ ਆਉਣਾ ਔਰ ਉੱਥੇ ਗੱਡੀਆਂ ਅਨਲੋਡ ਹੋਣ ਵਾਸਤੇ ਆਉਣੀਆਂ ਨੇ। ਅੱਜ ਕੱਲ੍ਹ ਟੈਂਕ ਲੋਰੀਜ਼ ਬਹੁਤ ਵੱਡੀਆਂ ਵੱਡੀਆਂ ਨੇ, ਉਹ 20 ਜਾਂ 25 ਜਾਂ 30 ਫੁੱਟ ਦੀ ਸੜਕ ਤੋਂ ਕਿੱਥੋਂ ਲੰਘਣਗੀਆਂ? ਅਗਰ ਉਹ ਲੰਘਣਗੀਆਂ ਟ੍ਰੈਫਿਕ ਜਾਮ ਹੋਏਗਾ। ਇਸ ਕਰਕੇ ਸਾਡੀ ਬੇਨਤੀ ਸਰਕਾਰ ਨੂੰ ਇਹੋ ਹੀ ਹੈ ਵੀ ਜੋ ਗਵਰਨਮੈਂਟ ਨੇ ਪੋਲਿਸੀਜ਼ ਨੇ, ਜੋ ਉਹਨਾਂ ਦੇ ਨੋਰਮਸ ਨੇ, ਜੋ ਉਹਨਾਂ ਦੀਆਂ ਗਾਈਡਲਾਈਨਸ ਹੈ, ਉਹਨਾਂ ਨੂੰ ਮੁੱਖ ਰੱਖ ਕੇ ਉਹਦੇ ਮੁਤਾਬਕ ਨਵੇਂ ਲਾਇਸੈਂਸ ਦਿੱਤੇ ਜਾਣ। ਸ਼ਿਕਾਇਤਾਂ ਹੁਣ ਤੱਕ ਤੁਹਾਡੇ, ਕਿਉਂਕਿ ਐਸੋਸੀਏਸ਼ਨ ਦੇ ਤੁਸੀਂ ਮੈਂਬਰ ਵੀ ਹੋ, ਕਿੰਨੀਆਂ ਸ਼ਿਕਾਇਤਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਹੈਗੀਆਂ ਅੱਜ ਜਿਹੜੀਆਂ ਸ਼ਿਕਾਇਤਾਂ ਜਿਵੇਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ, ਆਲ ਓਵਰ ਦੀ ਗੱਲ ਕਰਦੇ ਹਾਂ ਅਸੀਂ, ਸਾਰੀ ਗੱਲ ਕਰਦੇ ਹਾਂ, ਅਸੀਂ ਇਕੱਲੇ ਲੁਧਿਆਣੇ ਦੀ ਗੱਲ ਨਹੀਂ ਕਰਦੇ, ਅਸੀਂ ਸਾਰੀ ਗੱਲ ਕਰਦੇ ਹਾਂ ਲੁਧਿਆਣੇ ਤਾਂ ਖਾਸ ਤੌਰ 'ਤੇ ਗੱਲ ਕਰਦੇ ਹਾਂ ਨਾ, ਲੁਧਿਆਣੇ ਵਿੱਚ ਐਂ ਨੰਬਰ ਤਾਂ ਪਤਾ ਨਹੀਂ ਕਿਉਂਕਿ ਜੋ ਕੰਪਨੀਜ਼ ਨੇ ਐਡਵਰਟਾਈਜ਼ਮੈਂਟ ਕਰਤਾ, ਹੁਣ ਗਿਆਸਪੁਰੇ ਕਰਤਾ, ਮੈਨੂੰ ਦੱਸਣ ਗਿਆਸਪੁਰੇ 60 ਫੁੱਟ ਕਿਹੜੀ ਹੈ, ਭਾਮੀਆਂ ਰੋਡ 'ਤੇ ਐਡਵਰਟਾਈਜ਼ਮੈਂਟ ਕਰਤਾ, ਦੱਸਣ ਉੱਥੇ 60 ਫੁੱਟ ਕਿਹੜੀ ਹੈ, ਰੈਵਨਿਊ ਰਿਕਾਰਡ ਦੇਖਣ। ਔਰ ਟਿੱਬਾ ਰੋਡ 'ਤੇ ਉਹਨਾਂ ਨੇ ਕਰਤਾ, ਦੱਸਣ ਉੱਥੇ 60 ਫੁੱਟ ਰੋਡ ਕਿਹੜੀ ਹੈ, ਕਿਤੇ ਵੀ ਨਹੀਂ ਹੈ 60 ਫੁੱਟ ਰੋਡ। ਸਹੀਦੇਵਾ, ਮੈਂ ਚੇਅਰਮੈਨ ਪੈਟਰੋਲੀਅਮ ਡੀਲਰ ਐਸੋਸੀਏਸ਼ਨ। ਜਿਹੜੀ ਵਾਇਲੇਸ਼ਨ ਦੀ ਤੁਸੀਂ ਗੱਲ ਕਰਦੇ ਹੋ, ਜਿਹੜੀ 60 ਫੁੱਟ ਦਾ ਰੋਡ ਕਈਆਂ ਗਈਆਂ ਹੈਗੀਆਂ ਨੇ, ਕਈ 58 ਫੁੱਟ 'ਤੇ ਦਿੱਤੇ ਜਾ ਰਹੇ ਆ, ਕੋਈ
मतलब वो 60 फुट नू देखा नहीं जा रहा है। होर बड़ी चीज़ा अनदेखिया की जाने, साडा मकसद किसी को यह नहीं है भाई असी कोई ट्रेड नू रोकना चाहते हैं या जो तरीके सिस्टम बनता है उन्होंने फॉलो किया जाए। अगर कोई चीज़ ऐसी जी हैगी है जी एज पर लॉ नहीं है उन्होंने अलाउ ना किया जाए। उस परपज लिए अज अभी डीसी साहब को आए हैं। की कारण है क्यों तुम्हें लगता भी अजिहा किया जा रहा जे? ये कोई कारण नहीं दस्या जा सकता, हो सकता इन्हों कोई अवेयरनैस ना हो। कंपनियां जिहड़ियां एफीडेविट देंदियां ने सेल अफसर एफीडेविट देंदे ने भी असी आ जिहड़ी है कोई वायलेशन नहीं की हैगी, बाद मौके ते जाके देखीदा तो उस चीज़ का कुछ होर ही निकलता है। तो सिर्फ अवेयरनैस लई है तो असी इन्हां नूं लॉ की कॉपी दे रहे हैगे आ भी आह लॉ है इन फुलफिल किया जाए। जेकर नहीं कोई इंप्लीमेंट होंगी असी कोर्ट च मूव करांगे जी। असी कोई झगड़ा करने वाले लोग तो है नहीं गए, असी कोर्ट च मूव करांगे, असी अपने राइट लई लड़ांगे, होर साडा कोई मकसद किसी नाल कोई है नहीं गा जी। हाँ जी सर, शुभ नाम। मेरा नाम डॉक्टर मनजीत सिंह है। केड़ी एसोसिएशन है? मैं पेट्रोलियम डीलर एसोसिएशन लुधियाना का एग्जीक्यूटिव मैंबर नाल साडे असी डीसी साहब को आए हैं क्योंकि जी एन ओ सीज़ की जी प्रक्रिया हैगी जी परफॉर्मा 2018 का जो नवा आया है उस इन्होंने पूरी वायलेशनस की ने तो परफॉर्मा के हिसाब न सू लगता इन्हों ज्ञान नहीं है ये दे रहे ने एन ओ सीज़ जी वायलेशनस नवी गाइडलाइनस आई ने भी हो रही ने जी पुरानी गाइडलाइनस ने हो ही रही ने वायलेशनस। तीजी चीज़ इन्होंने अपना हल्फिया बयान दिता हुआ हाई कोर्ट में डिवीजन बेंच में केस लग्या हुआ असी केस किया अगेंस्ट इलीगल एन ओ सीज उस इन्होंने आप कमिट किया है कि असी नवी एन ओ सीज नहीं देवे वो वायलेशन इन्होंने की है। हम डी सी साहब असी कह आए हैं कि जी ये जी वायलेशनस ने रोकी जाए क्योंकि अगे फिर होर एन ओ सीज आन जी कि वायलेशनस होगी। लोकेशन नॉर्म्स ने जोड़े साइटिंग नॉर्म्स जिन्होंने कह दें तुम इंडियन रोड कांग्रेस के ने म्यूनसीपल बायलॉज के लॉज ने सी पी सी बी की गाइडलाइनस ने पेट्रोलियम एक्सप्लोसिव सेफ्टी के गाइडलाइनस ने यह सारी इंकलूडेड ने वो रूल 144 जी पेट्रोलियम रूल्स 2002 जिदे तहत पावर्स ने डी सी एन ओ सी देन दी वो सारे परफॉर्मेंस की वायलेशनस हो रही है। की प्रॉब्लम की आ रही, दिक्कत की आ रही? प्रॉब्लम इलीगल एन ओ सीज दे रहे हैं जी, जी साइटिंग हो रही है गलत जगह पर हो रही है आर ओज की जो पेट्रोल पंप्स ने राइट जी सर। लेटेस्ट मैं दस दिना एक मॉडल टाउन की एन ओ सी आई हुई है जी पहला रिजेक्ट हो चुकी है। एक जीवन नगर चौंक से इन्होंने कंप्लेंट की सी पब्लिक नहीं तो थ्रू ही सानू पता लग्या पब्लिक रेजिडेंसिस के नाल पंप नहीं लग सकता सी पी सी बी की टोटल गाइडलाइनस का तो रूल 144 की वायलेशन है। इन्होंने फिर एन ओ सी दर्ज कर दी वो असी कंप्लेंट असी भी की फिर वो क्योंकि जी ये गलत दे रहे हो क्योंकि जो गलत मैंबर ने साडे विच आण के फिर सानू प्रॉब्लम होगी। असी हाईकोर्ट जब गए असी पांच केसेस का उत्थे नोट कराए ने हुण ए एन ओ सी दे देंदे सानू पता ही नहीं लगता जब तक पंप लग जाता है फिर सानू पता लगता किन्ने तो असी अज डी सी साहब नू ए भी कहना सानू ए नहीं पता किन्नी एन ओ सी तुसी कम कर रहे हो। असी जब कोर्ट च गए ने कोर्ट विच कोर्ट ने कुछ विचार करके ही कहा ना कि पी डब्ल्यू की गाइडलाइनस ने म्यूनसीपल बायलॉज की गाइडलाइनस ने जी म्यूनसीपल कारपोरेशन दिंदी है सी पी सी बी की गाइडलाइनस ने पेट्रोलियम एक्सप्लोजिव सेफ्टी ऑर्गनाइजेशन ने जी है मेन हैगी जी कहती है कि असी लाइसेंस दें कि तुम स्टोर कर सकते हो ताकि अग ना लगे। रोड सेफ्टी की गाइडलाइनस ने कि उत्थे जिमें पाल सिंह साहब ने कहा कि उत्थे गड्डी पहुँचूगी फायर ब्रिगेड नहीं पहुँचूगी छोटी गड्डिया तो अग लग सकती है कितने भी। ट्रैफिक डेंसिटी की गल हैगी ट्रैफिक डेंसिटी नापनी होंगी कि किमें नापते हैं सानू नहीं पता क्योंकि ट्रैफिक डेंसिटी एक दिन का कम नहीं है 11 एक महीना डेढ़ महीना लगता है कि तुम देखो कि ट्रैफिक आ रही कितने जाम लग रहा क्यों क्यों जाम लग रहा वह जी काफ़ी सारी गाइडलाइनस ने जी कि जे ये देखने आए तो इन्नी आसानी नाल किसी को भी लाइसेंस नहीं मिल सकता पर इतने वायलेशनस ही वायलेशनस हो रही ने सानू नहीं पता किहड़ा ऑफिस कर रहा वायलेशन पर वायलेशनस हो रही है। लुधियाना लाइव लई सुरेंद्र सोनी की रिपोर्ट।